ਬਿਸਮਿਲ੍ਲਾ ਰਹਿਮਾਨ ਰਹੀਮ ਅੱਲਾਹ ਦੇ ਕਰਮ ਨਾਲ ਸ਼ੁਕਰ ਨਾਲ ਤੁਹਾਨੂੰ ਰਹਿਮਨ ਨਾਲ ਅੱਜ ਦਾ ਵਲੋਗ ਕਰਾਂ ਮੈਂ ਸਟਾਰਟ ਸਾਰਾ ਦੋਸਤਾਂ ਠੀਕ ਆ ਅਸਲਾਮ ਵਾਲੇਕੁਮ ਮੈਂ ਤੁਹਾਡਾ ਦੋਸਤ ਮੁਹੰਮਦ ਨਦੀਬ ਸਾਹਿਬ ਦੇ ਯੂਟਿਊਬ ਚੈਨਲ ਮਿਰਾਨੀ ਵਲੋਗ ਉਮੀਦ ਕਰਨਾ ਸਾਰੇ ਭਰਾ ਦੋਸਤ ਭਰਾ ਠੀਕ ਹੋ ਸਨ ਆਪਣੇ ਕੰਮਾਂ 'ਚ ਮਸਰੂਫ ਹੋ ਸਨ ਜਿੱਥਾਂ ਵੀ ਹੋ ਸਨ ਖੁਸ਼ ਹੋ ਸਨ ਦੁਆ ਏ ਅਤੇ ਅੱਜ ਜਿਹੜਾ ਨਾ ਸਾਰਾ ਜਿਹੜਾ ਚੱਕਰ ਹੈ ਨਾ ਉਹ ਮੂਸਾ 'ਤੇ ਹੈ ਜੀ ਇੱਕ ਮੂਸਾ ਨਹਿਰ ਹੈ ਉਹ ਪਾਸੇ ਚਾਚੋ ਰਕਬਾ ਹੈ ਉੱਥੇ ਵੀ ਪੀਟਰ ਪੁੱਟਰ ਥਿਆ ਪਏ ਥਿੰਦਾ ਪਏ ਦੇਖੋ ਲਈ ਹੁਣ ਲੱਗੇ ਪੈਣ ਅਤੇ ਨਾਲ ਨੂਲ ਛੁੱਕਣੀਆਂ ਜੀ ਤਾਂ ਕੋਈ ਰੱਸੇ ਵਗੈਰਾ ਜ਼ਰੂਰਤ ਆ ਨਾ ਕਾਲ ਕੀਤੀ ਹੈ ਕਿ ਨਾ ਸਾ ਕੋਈ ਰੱਸਾ ਦੇ ਵਜੋਂ ਘਰੋਂ ਆਏ ਤਾਂ ਕੋਈ 5 ਕਿਲੋਮੀਟਰ ਦਾ ਸਫ਼ਰ ਹੈ ਘਰ ਤੋਂ ਹਿੰਕੇ ਤੱਕ ਅਤੇ ਉੱਥੇ ਹੀ ਆਏ ਨਵ ਰੱਸੇ ਦਿੱਤੇ ਸੇ ਰੱਸੇ ਦੇ ਕੋਈ ਪੈਪ ਛਕਵਾਇਆ ਸੀ ਅਤੇ ਉਹ ਵੀ ਵੀਡੀਓ ਤੁਹਾਨੂੰ ਸ਼ੇਅਰ ਕਰੇ ਸਾਂ ਪੈਪ ਛਕਵਾਉਣ ਉਹ ਵੀਡੀਓ ਤੁਹਾਨੂੰ ਸ਼ੇਅਰ ਕਰੇ ਸਾਂ ਸਾਰਾ ਕੁਝ ਅਤੇ ਅੱਜ ਜਿਹੜਾ ਨਾ ਇਹਨੂੰ ਸਰ ਉਹ ਪਠਾਨ ਫਿਰਾ ਜਿਹੜੇ ਨਾ ਦਰਖਤ ਕੱਟਣ ਪੈਣ ਇਹਦੇ ਇਹ ਦਰਖਤ ਕੱਟੇ ਪੈਣ ਇਹਦੇ ਫਿਰ ਤੱਕ ਇਹ ਦਰਖਤ ਰੂਤ ਤੱਕ ਚਾਚੋ ਨੇ ਸੈਲ ਕੀਤਾ ਉਹ ਨਿਕਲੇ ਪੈਣ ਅਤੇ ਉਹ ਕੱਢਦੇ ਵੀ ਤਾਂ ਮਜ਼ਦੂਰ ਵੀ ਐਡੂ ਟਰੈਕਟਰ ਵਿੱਚ ਚਾਚੋ ਦੀ ਰਕਬਾ ਹੈ ਇਹ ਟਰੈਕਟਰ ਲੱਗੇ ਖੜ੍ਹੇ ਨੇ ਸਾਹਮਣੇ ਇਹ ਸਹੀ ਰਕਬਾ ਸਹੀ ਜਵਾਨ ਸਾਹਿਬ ਤੋਂ ਉੱਚਾ ਹੀ ਤੋ ਆਦੇ ਮੈਂ ਕੋਈ ਜਿੱਕਾ ਕਰਾਵਣੇ ਤਾਂ ਕਿ ਜਿਹੜਾ ਰੱਖ ਸਾਰਾ ਰਕਬਾ ਨਾ ਇਹ ਲੈਵਲ ਥੀ ਵਜੇ ਤਾਂ ਅਗਰ ਖੁਦਾ ਨਾ ਖਾਸਤਾ ਕਹਿ ਤਾਂ ਇੱਕ ਬੰਦੇ ਦਾ ਬੋਰ ਖਰਾਬ ਥੀ ਵੇ ਨਾ ਅਤੇ ਅਗਰ ਪਾਣੀ ਲੱਗ ਵਜੇ ਦੂਜੇ ਬੋਰ ਦਾ ਕਿਉਂਕਿ ਇੱਥਾਂ ਤਰਾਏ ਚਾਰ ਬਾਈ ਵਾਲ ਤਰਾਏ ਤੋ ਹਰ ਕਿਸੇ ਦਾ ਆਪਣਾ ਆਪਣਾ ਇਕੱਲਾ ਇਕੱਲਾ ਹੀ ਬੋਰ ਹੈ ਤੋ ਉਹਨਾਂ ਦਾ ਸੋਚ ਹੈ ਕਿ ਨਾ ਜਿਹੜੇ ਤਾਂ ਇਹ ਰਕਬਾ ਸਾਰਾ ਥੀ ਵਜੇ ਅਤੇ ਸਾਰਿਆਂ ਦਾ ਪਾਣੀ ਲੱਗੇ ਅਤੇ ਉਹ ਸਾਰਾ ਆਇਆ ਸੀ ਅਸਾਂ ਦੋਸਤਾਂ ਨਾਲ ਸ਼ੇਅਰ ਕਰਕੇ ਨੂੰ ਅਤੇ ਦੋਸਤਾਂ ਨੂੰ ਗੁਜ਼ਾਰਿਸ਼ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿੰਦੇ ਜ਼ਰੂਰ ਕਰ ਦਿੰਦੇ ਤਾਂ ਆਉਣ ਵਾਲਾ ਵੀਡੀਓ ਦੋਸਤਾਂ ਨੂੰ ਮਿਲ ਸਕਣ ਚੈਨਲ ਸਬਸਕ੍ਰਾਈਬ ਕਰ ਸੋ ਬੈਲ ਆਈਕਨ ਤੇ ਬੈਸੋ ਤੇ ਆਉਣ ਵਾਲਾ ਵੀਡੀਓ ਤੱਕ ਇਨਸ਼ਾਅੱਲਾ ਮਿਲ ਜਾਣ ਮਿਲਦੇ ਆਂ ਜੋ ਕੁਝ ਵੀ ਅੱਜ ਤੁਹਾਨੂੰ ਸ਼ੇਅਰ ਕਰਨੇ ਆ ਮਿਲਦੇ ਆਂ ਮਿਲਣਾ ਉਤਾਂ ਯਾਰ ਨਹੀਂ ਮਿਲਣਾ ਅੱਛਾ ਥੋੜਾ ਜਿਹਾ ਉਤਾਂ ਚਾਚਾ ਇੱਥੇ ਬਲਾ ਬਨੇ ਨੇ ਤੱਲੇ ਬਨੇ ਖੜ ਕੇ ਨਰਾਜ਼ ਮੈਂ ਉਹ ਖੜਾ ਸੁਜਣਾ ਵੀ ਤਰੀ ਹੁੰਦੀ ਜੋ ਇਹ ਕਿਵੇਂ ਦੀ ਮਸਲਾ ਨਾ ਹੋਵੇ ਨਾ ਬਿਸਮਿਲਲਾ ਪੜ ਕੇ ਬਿਸਮਿਲਲਾ ਆ ਗਾ ਗਾ ਆਵੇ ਆਵੇ ਇੱਕੋ ਜੋ ਹਾਂ ਤਾਂ ਘਾਤੀ ਹੈ ਘਾਤਾ ਘਾਤੀ ਕਿ ਚਾਚਾ ਸਿਕਣਾ ਉਤਾਂ ਸਿੱਧਾ ਸਿਕਣਾ ਇੱਥਾ ਹੀ ਪਾ ਨਹੀਂ ਆਂਦਾ ਨਮਸਕਾਰ ਨਮਸਕਾਰ ਹਾਂ ਹਾਂ ਦੇਖੋ ਸਾਹ ਬਿਸਮਿਲਲਾ ਪੜ ਮੈਂ ਜਿਹੜਾ ਨਾ ਤੁਹਾਨੂੰ ਅੱਜ ਹੁਣ ਸ਼ੇਅਰ ਕਰਨਾ ਪਿਆ ਆਪਣੇ ਜਿਹੜੀ ਮੂਸਾ ਨਹਿਰ ਤੱਕ ਮੈਂ ਦੱਸੇ ਕਿ ਮੂਸਾ ਨਹਿਰ ਤੇ ਮੈਂ ਗਿਆ ਵਾ ਮੂਸੇ ਦੇ ਪੈਸੇ ਮੂਸਾ ਨਾ ਗੁਰੂ ਖਾਨੇ ਕਿਉਂਕਿ ਉੱਥੇ ਮੂਸਾ ਨਹਿਰ ਹੈ ਛੋਟੀ ਜਿਹੀ ਨਹਿਰ ਹੈ ਉਹ ਤਾਂ ਸ਼ੇਅਰ ਕਰਨਾ ਇੱਕ ਤਾਂ ਕੋਈ ਇਹੀ ਸ਼ੇਅਰ ਕਰੇ ਨਾ ਇਹੀ ਚੀਜ਼ ਤਾਂ ਇਹਦਾ ਇੱਕ ਚੀਜ਼ ਨਹੀਂ ਦਰਖਤ ਦੇਖ ਲਓ ਦਰਖਤ ਤਾਂ ਸ਼ੇਅਰ ਕਰੇ ਨਾ ਜਿਹੜਾ ਕਾਫੀ ਇਹ ਵੈਸੇ ਮੂਸਾ ਨਹਿਰ ਇਹ ਸਾਹਮਣੇ ਇਹ ਮੂਸਾ ਨਹਿਰ ਵੇ ਇਹ ਛੋਟੀ ਜਿਹੀ ਨਹਿਰ ਹੈ ਇਹਦਾ ਨਾਂ ਤੁਸੀਂ ਇਹ ਮੂਸਾ ਮਸ਼ਹੂਰ ਹੈ ਅਤੇ ਇਹ ਬਸ ਇਹ ਥਾਨ ਖਤਮ ਥੀ ਜਾਂਦੀ ਹੈ ਇੱਥੋਂ ਆਣ ਕੇ ਇੱਥੋਂ ਆ ਕੇ ਅੱਗੋਂ ਖਾਲਾ ਸ਼ੁਰੂ ਥੀ ਵੇ ਛੋਟੇ ਛੋਟੇ ਜਿਹੜੇ ਰਕਬੇ 'ਚ ਪਾਣੀ ਵੇਨਣ ਇਹ ਬਸ ਇਹ ਸਮੇਂ ਐਂਡੇ ਨਹਿਰ ਦਾ ਇਹ ਐਂਡੇ ਉਸ ਤੋਂ ਬਾਅਦ ਖਾਲਾ ਸ਼ੁਰੂ ਥੀ ਮੇਰੇ ਵੀ ਜੇ ਲੋਕ ਆਪਣੇ ਵੇਨਣ ਖਾਲਾ ਤਾਂ ਉਹਦੇ ਹੁਣ ਇਸ ਸਾਈਡ ਤੱਕ ਪਾਣੀ ਵੇਨਾ ਪਏ ਇਸ ਖਾਲੇ 'ਚ ਉਸ ਤੋਂ ਬਾਅਦ ਲਾ ਸਿੱਧਾ ਵੈਸੀ ਬਸ ਇਹ ਸਮਝ ਇਹ ਨਹਿਰ ਦਾ ਮੂਸਾ ਨਹਿਰ ਦਾ ਐਂਡ ਹੈ ਉਸ ਤੋਂ ਬਾਅਦ ਜਦੋਂ ਮੈਂ ਕਿਤੇ ਕੋਈ ਇਹ ਚੀਜ਼ ਸ਼ੇਅਰ ਕਰਨਾ ਇਹ ਵੈਸੇ ਦਰਖਤ ਇੱਕੋ ਦਿਨ ਸੰਭਲ ਦਾ ਦਰਖਤ ਇਹ ਵਿਵੋ ਜਿਹੜਾ ਦਰਖਤ ਹੈ ਨਾ ਇਹ ਤਾਂ ਰਿੱਧਾ ਪਿਓ ਸੀ ਅਤੇ ਇਹਨਾਂ ਤੱਕ ਮੁੰਡੀ ਦਿਖਾਉਣਾ ਮੈਂ ਇਹ ਦੇਖੋ ਇਹ ਜਿਹੜਾ ਦਰਖਤ ਹੈ ਇਹ ਘੱਟ ਤੋਂ ਘੱਟ ਇਹਦੀ ਉਮਰ ਹੋਵੇ ਨਾ ਮੇਰੇ ਮੁਤਾਬਕ ਕਿਉਂਕਿ ਮੇਰੀ ਜਿਤਨੀ ਉਮਰ ਸੀ ਜਿਤਨੇ ਮੇਰੇ ਕੋਲ ਬਜ਼ੁਰਗ ਦਿਸੈਨੇ ਹਨ ਕਿ ਇਹਦੀ ਘੱਟ ਤੋਂ ਘੱਟ ਉਮਰ ਸੀ ਘੱਟ ਤੋਂ ਘੱਟ 100 ਸਾਲ ਹੈ ਇਹ ਸੰਭਲ ਦੀ ਉਮਰ 100 ਸਾਲ ਅਗਰ ਕਹਿ ਵਿਓ ਕੋ ਅਗਰ ਇਤਬਾਰ ਨਾ ਆਵੇ ਯਕੀਨ ਨਾ ਆਵੇ ਤਾਂ ਆ ਕੇ ਮੂਸੇ 'ਤੇ ਚੌਕਾਂ ਦੇ ਨਾਗੂ ਚੌਕਾਂ ਤੋਂ ਅੱਗੋਂ ਮੂਸਾ ਆਉਂਦੇ ਅਤੇ ਆ ਉਹ ਕਹਿ ਕੋਲ ਪੁੱਛ ਗਏ ਸਨ ਕਿ ਯਾਰ ਵਾਕਈ ਮੈਂ ਕੂੜ ਵਧਾਉਣਾ ਜੇ ਸੱਚ ਇਹ ਸੰਭਲ ਇਹ ਦੇਖੋ ਇਹ ਸੰਭਲ ਜਿਹੜਾ ਨਾ ਇਹ ਤਾਂ ਮੈਂ ਇਹੀ ਖੜਾ ਦਿਆ ਇਹ ਸੰਭਲ ਜਿਹੜਾ ਨਾ ਇਹ ਸੰਭਲ ਦੀ ਉਮਰ 100 ਸਾਲ ਕਨਫਰਮ ਮੈਂ ਕਿਉਂਕਿ ਜਦੋਂ ਦਾ ਮੈਂ ਹੋਸ਼ ਸੰਭਾਲੇ ਮੈਂ ਮੇਰੀ ਉਮਰ 27-28 ਸਾਲ ਦੇ ਚੁੱਕੀ ਹੈ ਮੈਂ ਇਹ ਵੀ ਮੈਂ ਦੇਖਣ ਲੱਗਾ ਕਿਉਂਕਿ ਆਉਂਦੇ ਆ ਸੀ ਤਾਂ ਰਿਸ਼ਤੇਦਾਰ ਸਾਡੇ ਬਾਨੇ ਹਨ ਉਹਨੇ ਉੱਕੋ ਦੇਖਣ ਲੱਗਾ ਉਸ ਤੋਂ ਬਾਅਦ ਬਜ਼ੁਰਗ ਸਾਡੇ ਹਨ ਉਹ ਵੀ ਇਹਦਾ ਸਾਨੂੰ ਕਿਵੇਂ ਦੇਖਣ ਲੱਗਿਆ ਸੀ ਜਿਵੇਂ ਖੜ੍ਹੇ ਇਹ ਬਹੁਤ ਦੇਖੋ ਬਹੁਤ ਹੀ ਵੱਡਾ ਸੰਭਲ ਹੈ ਬਹੁਤ ਹੀ ਵੱਡਾ ਹੈ ਬਹੁਤ ਹੀ ਵੱਡਾ ਹੈ ਇੱਦਾਂ ਇਹਦੀ ਉਮਰ ਬਹੁਤ ਜ਼ਿਆਦਾ ਸੁਣਦੇ ਆ ਸੀ ਵੀ ਦਰਖਤਾਂ ਦੀ ਉਮਰ ਹੁੰਦੀ ਹੈ ਲੇਕਿਨ ਇਹ ਸੰਭਲ ਦੀ ਉਮਰ ਨਾ ਵਾਕਈ 100 ਸਾਲ ਹੈ ਵਾਕਈ ਹੀ 100 ਸਾਲ ਹੈ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਕਾ ਨਹੀਂ ਅਤੇ ਹੁਣ ਵੀ ਉਹ ਜੁਲਦੇ ਆ ਸਫ਼ਰ ਵਾਪਸੀ ਦਾ ਨੁੱਲੇ ਬੈਂਕ ਇਹ ਦੇਖੋ ਵੀ ਇਹ ਸਾਰਾ ਜਿਹੜਾ ਨਾ ਰੋਡ ਪੜਦਾ ਪਏ ਇਹ
ਮਿੱਟੀ ਤਲ ਨਜ਼ਰ ਆਉਂਦਾ ਪਿਓ ਸੀ ਸਾਡੇ ਬਾਹਵੇਂ ਰੋਲ ਪੜਦਾ ਪਿਆ ਸਾਨੂੰ ਲਈਏ ਦੋ ਚੌਕਾਂ ਦਾ ਪਤਾ ਅਤੇ ਇਸ ਮੈਂ ਕਿ ਵੀ ਉਹ ਸ਼ਹਿਰ ਤਰ੍ਹਾਂ ਇੱਕ ਸਾਈਡ ਹੈ ਆਉਣ ਵਾਲੀ ਸਾਈਡ ਹੋਵੇ ਦੋ ਸਾਈਡ ਰੂਹ ਪੱਲੀ ਹੋਵੇ ਅਤੇ ਬਈ ਇਹ ਸਾਈਡ ਦੇਖੀ ਫੈਨਲੀ ਦੋਸਤੋ ਮੈਂ ਆ ਗਿਆ ਵਾਪਸ ਘਰ ਅਤੇ ਘਰ ਪਹੁੰਚਿਆ ਇੱਕ ਦੋ ਥੋੜ੍ਹਾ ਬੜਾ ਕੰਮ ਹੈ ਯਾਨੀ ਕਿ ਮਾਲ ਕੋ ਪੱਠੇ ਪੁੱਠੇ ਪਾਉਣੇ ਲੋਕ ਪਾਤੇ ਸੀ ਅਤੇ ਉਸ ਤੋਂ ਬਾਅਦ ਗਿਆ ਸੀ ਅੱਜ ਉਹਦੇ ਮੂਸੇ 'ਤੇ ਤੁਹਾਨੂੰ ਵੀਡੀਓ ਸ਼ੇਅਰ ਕੀਤੀ ਮੀ ਦਿਖਾਇਆ ਮੀ ਅਤੇ ਉਹਦੇ ਕੋਲ ਨਾ ਚਾਚੂ ਨੂੰ ਰਸੇ ਰਸੇ ਜ਼ਰੂਰਤ ਨੂੰ ਵੰਨ ਦਿੱਤੇ ਸੀ ਉਸ ਤੋਂ ਬਾਅਦ ਕੁਛ ਦੇ ਉੱਥੋਂ ਕੋਈ ਕੰਮ ਕਰਾਉਣੇ ਕੋਈ ਪੈਪ ਸਾਪ ਕਰਨੇ ਉਹ ਵੀ ਕਢਵਾਇਆ ਸੀ ਕਢਵਾ ਕੇ ਅਸਾਂ ਰਸਤੇ ਵਾਪਸ ਆਏ ਵਿਖਾ ਰਹੇ ਹਾਂ ਕੁਛ ਕੰਮ ਕਰਨੇ ਉਹ ਕਿਤੇ ਸੀ ਅਤੇ ਅੱਜ ਜਿਹੜੀ ਚੀਜ਼ ਤੱਕ ਮੈਂ ਦਿਖਾਈ ਹੈ ਨਾ ਜਿਹੜੀ ਚੀਜ਼ ਦਿਖਾਇਆ ਮੈਂ ਤੁਹਾਨੂੰ ਚੀਜ਼ ਜੀ ਦਿਖਾਈ ਹੈ ਅਤੇ ਉਹ ਦਰਖਤ ਦਿਖਾਇਆ ਮੈਂ ਤੁਹਾਨੂੰ ਉਹ ਤਾਂ ਵੀਡੀਓ ਦੇਖ ਸੋ ਲਾਜ਼ਮਨ ਦੇਖ ਸੋ ਕਿਉਂਕਿ ਉਹ ਜਿਹੜਾ ਦਰਖਤ ਨਾ ਡਾਰੇ ਬਾਬਿਆਂ ਨੇ ਹਿਸਟਰੀ ਤੋਂ ਪਹਿਲੇ ਦਾ ਹੈ ਅਤੇ ਉਹ ਜਿਹੜਾ ਦੇਖ ਸੋ ਮਜ਼ਾ ਸੀ ਤੁਹਾਨੂੰ ਅੱਜ ਦੀ ਵੀਡੀਓ ਦਾ ਜੀ ਅਤੇ ਉਮੀਦ ਕਰੇ ਨਾ ਸਾਰੇ ਮੇਰੇ ਦੋਸਤ ਮੇਰੇ ਵੀਡੀਓ ਦੇਖ ਸਨ ਲਾਈਕ ਕਰ ਸਨ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੇ ਸਨ ਅਤੇ ਇਹ ਦੁਆ ਨਾਲ ਅੱਜ ਦਾ ਵਲੋਗ ਕਰਨਾ ਮੈਂ ਖਤਮ ਕੱਲ੍ਹ ਵਿਲਸਾਂ ਇੱਕ ਨਵੇਂ ਵਲੋਗ ਨਾਲ ਨਵੀਂ ਰੂਟੀਨ ਨਾਲ ਅਤੇ ਨਵੇਂ ਵਿਊ ਨਾਲ ਕੱਲ੍ਹ ਤੱਕ ਮੈਂ ਦੇਖ ਸੋ ਇਜਾਜ਼ਤ ਹਾਂ ਸਾਰਾ ਦੋਸਤੋ ਇਹੀ ਦੁਆ ਨਾਲ ਸਾਰਾ ਦੋਸਤਾਂ ਰੱਖ ਸਨ ਆਪਣੇ ਹਿਫਾਜ਼ਤ ਆਪਣੀ ਹਿਫਾਜ਼ਤ ਕਰ ਸਨ ਆਪਣੇ ਅਤੇ ਫੀ ਅਮਾਨ ਅੱਲਾਹ ਮਿਲਸੂ ਕੱਲ੍ਹ ਇਨਸ਼ਾ ਅੱਲਾਹ ਅੱਲਾਹ ਹਾਫਿਜ਼।